ਚਾਹ ਵੀ ਇਹਦੇ ਵਿੱਚ ਹੀ ਬਣ ਜੂ। ਤੇ ਚਾਹ ਵਾਲਾ ਆਪਸ਼ਨ ਨਹੀਂ ਬਾਈ ਦੱਸਿਆ ਇੱਥੇ, ਚਾਹ ਵਾਲਾ ਆਪਸ਼ਨ ਨਹੀਂ। ਚਾਹ ਦੇ ਵਿੱਚ ਕੀ ਹੁੰਦਾ ਜੀ, ਆਪਣੇ ਕੋਲੇ ਪਾਊਡਰ ਫਾਰਮ ਦੇ ਵਿੱਚ ਚਾਹ ਹੁੰਦੀ ਹੈ। ਅੱਛਾ ਜੀ। ਤੇ ਉਹ ਪਾਊਡਰ ਆਪਾਂ ਗਲਾਸ ਦੇ ਵਿੱਚ ਪਾ ਲੈਂਦੇ ਹਾਂ ਇਹਦੇ 'ਚ। ਓਕੇ ਬਾਈ, ਗਲਾਸ ਦੇ ਵਿੱਚ ਪਾਇਆ, ਗਰਮ ਪਾਣੀ ਲਿਆ। ਹਾਂਜੀ, ਨਾ ਦੁੱਧ ਪਾਉਣ ਦੀ ਲੋੜ ਹੈ, ਹਾਂ, ਨਾ ਚਾਹ ਪੱਤੀ, ਕੁਛ ਚੀਜ਼ ਦੀ ਲੋੜ ਨਹੀਂ ਹੈਗੀ। ਗਰਮ ਪਾਣੀ ਲਓ। ਅੱਛਾ, ਪਾਣੀ 'ਚ ਚਾਹ ਬਣ ਜੂ ਉਹ? ਪਾਣੀ ਲਓ, ਚੀਨੀ ਪਾਓ, ਸਟੀਮ ਲੈ ਲਓ, ਤਾਂ ਚਾਹ ਬਣ ਜੂ। ਬਸ ਚਾਹ ਬਣ ਜਾਣੀ ਹੈ। ਇਹ ਲੋਟ ਆ, ਹੈ ਨਾ ਬਾਈ? ਫਿਰ ਮੈਨੂੰ ਲੱਗਦਾ ਇਹ ਸਿਸਟਮ ਹੀ ਸਾਰਾ ਬਾਹਰ ਦਾ ਇੰਪੋਰਟਡ ਹੋਣਾ ਹੈ, ਸਾਰਾ ਬਾਹਰੋਂ ਆਈਆਂ ਹੋਣੀਆਂ ਮਸ਼ੀਨਾਂ ਵੀ ਸਾਰੀਆਂ। ਤੁਸੀਂ ਕੈਪੇਸਿਟੀ ਨੂੰ ਕਿਹਾ ਨਾ? ਹਾਂਜੀ, ਟੱਚ ਕੀਤਾ, ਗਲਾਸ ਰੱਖਿਆ, ਆਟੋਮੈਟਿਕ ਵੱਜ ਗਿਆ। ਮੈਂ ਕੱਪੜੇ ਆਪ ਲਊਗੀ, ਪਹਿਲਾਂ ਸ਼ਾਰਟ ਆਊਗਾ, ਫਿਰ ਉਸ ਤੋਂ ਬਾਅਦ ਮਿਲਕ ਐਡ ਹੋਊਗਾ। ਓਕੇ, ਆਪਦੇ ਹਿਸਾਬ ਨਾਲ ਲੈ ਲੈਣਾ। ਹਾਂਜੀ ਹਾਂ, ਮਿਕਸ ਕਰ। ਵੀ ਆਪਣੀ ਕੌਫੀ ਬਣੀ ਜਾਂਦੀ ਆ, ਦੇਖ ਲਓ ਤੁਸੀਂ ਪ੍ਰੋਪਰ ਕਿਵੇਂ ਤਿਆਰ ਹੁੰਦੀ ਹੈ। ਮਿਲਕ ਦੇ ਦਿੱਤਾ ਹੁਣ ਇਹਨੇ ਆਪੇ। ਇੱਧਰੋਂ ਕਨੈਕਸ਼ਨ ਲੱਗਿਆ ਹੋਇਆ ਸਾਰਾ। ਅੱਛਾ, ਉੱਧਰ ਬਾਹਰਲੀ ਸਾਈਡ ਆਪਾਂ ਅਟੈਚ ਕਰ ਦੇਣਾ ਹੈਗਾ ਨਾਲ। ਆਪਣੀ ਕੌਫੀ ਰੈਡੀ ਹੈ, ਸਿਸਟਮ ਲੋਡ ਹੈ ਵਧੀਆ। ਬਸ ਇੰਨਾ ਟਾਈਮ ਹੀ ਲਾਉਂਦੀ ਹੈਗੀ, ਫਿਰ ਤਾਂ ਇੱਕ ਮਿੰਟ ਦੇ ਵਿੱਚ ਮੇਲਾ ਕਿੰਨੇ ਕੱਪ ਬਣਾ ਦਿੰਦੀ ਹੋਊ ਬਾਈ? ਐਵਰੇਜ ਮੰਨ ਕੇ ਮੇਲਾ ਤਾਂ 10-12 ਕੱਪ ਤਾਂ ਆਰਾਮਦਾਰੀ 'ਚ ਕੱਢ ਦੂਗਾ ਨਾ। ਉਹ ਟਕੀਲਾ ਸ਼ਾਟ ਕਹਿੰਦੇ ਹੁੰਦੇ ਆ, ਹੈ ਨਾ, ਅਤੇ ਕੌਫੀ ਵਾਲੇ ਸ਼ਾਟ ਆ ਗਏ। ਗਰਮ ਪਾਣੀ ਚਾਹੀਦਾ। ਅੱਛਾ, ਹੌਟ ਵਾਟਰ ਚਾਹੀਦਾ, ਉਹ ਅੱਡ ਹੈ। ਕੌਫੀ ਜਿਹੜੀ ਵੀ ਮੈਂ ਐਸਪ੍ਰੈਸੋ ਦਾ ਸ਼ਾਟ ਹੈ, ਸ਼ਾਟ ਲੈਣਾ, ਇਹਨੂੰ ਟੱਚ ਕਰਨਾ, ਰੈਗੂਲਰ ਜਾਂ ਲਾਰਜ ਚਾਹੀਦਾ ਇਹਦੇ 'ਚ, ਉਹ ਵੀ ਹੈ। ਅੱਛਾ, ਕੈਪੇਚੀਨੋ ਚਾਹੀਦੀ ਹੈ, ਰੈਗੂਲਰ ਲਾਰਜ, ਇਹ ਚੀਜ਼ ਹੈ ਜਿਵੇਂ ਦੀ ਵੀ ਚਾਹੀਦੀ ਹੈ। ਹਾਂਜੀ, ਲਾਤੇ ਚਾਹੀਦੀ ਹੈ ਆਪਣੇ ਕੋਲ, ਸਾਈਜ਼ ਨੇ ਨਾ ਗਲਾਸਾਂ ਦੇ। ਓਕੇ, ਠੀਕ ਹੈ ਬਾਈ, ਉਸ ਹਿਸਾਬ ਨਾਲ ਬਣਾਉਂਦੀ ਹੈ, ਆਟੋਮੈਟਿਕ ਹੈ ਸਰ ਇਹ ਸਾਰੀ ਆਈਟਮ। ਮਿਲਕ ਚਾਹੀਦਾ, ਮਿਲਕ ਮਿਲ ਮਿਲਕ ਗਰਮ ਹੈ ਜਾਂ ਕੁਛ ਵੀ, ਹੈ ਨਾ, ਆਈਸਕ੍ਰੀਮ। ਹਾਂਜੀ। ਅੱਛਾ, ਸਾਰਾ ਕੁਛ ਇਹਦੇ ਵਿੱਚੋਂ ਲੈ ਵੀ ਦੋਸਤੋ, ਅੱਜ ਤੁਹਾਨੂੰ ਨਾ ਆਪਣੇ ਜੀਓ ਵਾਲਿਆਂ ਦੀ ਦੁਕਾਨ 'ਤੇ ਲੈ ਕੇ ਆਏ ਹਾਂ। ਦੁਕਾਨ ਕਹਿ ਲਓ ਤੁਸੀਂ, ਆਪਾਂ ਦੇਸੀ ਭਾਜਾ ਵੈਸੇ ਦੁਕਾਨ ਹੀ ਆਖਾਂਗੇ। ਆਪਾਂ ਬਣਵਾਈ ਹੈ ਕੌਫੀ ਅਤੇ ਨਾਲ ਸੈਂਡਵਿਚ ਹੈ, ਅਤੇ ਮੈਨੂੰ ਇਹਨਾਂ ਦਾ ਦਿਖਾ ਦਈਏ ਪਹਿਲਾਂ ਤੁਹਾਨੂੰ ਛੋਟਾ ਜਿਹਾ। ਅਤੇ ਇਕੱਲੀ ਇਕੱਲੀ ਚੀਜ਼ ਦੇਖੋ ਯਾਰ, ਵੀ ਬੰਦਾ ਨਾ ਕੀ ਨਹੀਂ ਸੈਟਅਪ ਕਰ ਸਕਦਾ। ਇਹਨਾਂ ਨੇ ਮੈਨੂੰ ਸਾਰਿਆਂ ਨੂੰ ਪਹਿਲਾਂ ਤਾਂ ਜੇ ਗੱਲ ਕਰੀਏ ਆਪਾਂ ਨਾ, ਇਹਨਾਂ ਨੇ ਰੱਖਿਆ ਹੋਊ ਬਾਈ ਹੋਣਾ ਨੇ ਇੱਕ ਸਲਾਹਕਾਰ ਜਿਹੜਾ ਇਕੱਲੀਆਂ ਸਕੀਮਾਂ ਦੱਸਦਾ, ਹੈ ਨਾ, ਵੀ ਤੁਸੀਂ ਐਂ ਚਲਾਓ ਬਿਜਨਸ ਨੂੰ ਐਂ। ਆਹ ਦੇਖੋ ਸੈਟਅਪ ਦੇਖੋ, ਸਾਰਾ ਪ੍ਰੋਪਰ ਇਕੱਲੀ ਇਕੱਲੀ ਚੀਜ਼ ਬੰਦੇ ਨੂੰ ਯਾਰ ਪੁੱਛਣ ਦੀ ਲੋੜ ਨਹੀਂ ਪੈਂਦੀ, ਜਿਹੜੀ ਚੀਜ਼ ਮਨ ਕੇ ਜਦੋਂ ਲੱਗਦੀ ਹੈ ਸਹੀ ਹੈ ਨਾ, ਅਗਲਾ ਚੱਕ ਲੈਂਦਾ। ਕਾਊਂਟਰ ਦੇਖੋ, ਬਹੁਤ ਸੋਹਣੀ ਚੀਜ਼ ਬਣਾਈ ਹੈ ਬਾਈ। ਉਹ ਕੌਫੀ ਹੈਗੀ, ਕੌਫੀ ਬਣੀ ਜਾਂਦੀ ਆ। ਮੈਂ ਤਾਂ ਕਈ ਵਾਰੀ ਰੁਕਿਆ ਗਾ ਇੱਥੇ, ਅਤੇ ਵਧੀਆ ਮੰਨ ਕੇ ਚਲੋ। ਮਾਨਸਾ ਰੋਡ ਦੇ ਉੱਤੇ ਹੈਗਾ ਮਾਨਸਾ ਮੂਸਾ ਕੈਂਚੀਆਂ ਬਾਈ, ਮੂਸੇ ਵਾਲੇ ਦੇ ਪਿੰਡ ਨੂੰ ਜਿੱਥੋਂ ਸੜਕ ਜਾਂਦੀ ਹੈ, ਉੱਥੋਂ ਸਿੱਧੀ ਸਰਸਾ ਰੋਡ ਹੈ ਜਿਹੜਾ, ਥੋੜ੍ਹੀ ਜਿਹੀ ਗਾਹਾਂ ਆ ਕੇ ਆ, ਸਾਰਾ 100 ਕੁ ਮੀਟਰ ਮਸਾਂ ਹੋਊਗਾ। ਅਤੇ ਆਹ ਸਾਰਾ ਇਹਨਾਂ ਦਾ ਪੰਪ ਹੈਗਾ ਬਾਹਰ, ਪੰਪ ਦੇ ਉੱਪਰ ਹੀ ਕੈਫੇ ਬਣਿਆ ਹੋਇਆ ਹੈਗਾ। ਬਾਕੀ ਬਾਈ ਹੁਣ ਇਹ ਸਰਵਿਸ ਬਹੁਤ ਵਧੀਆ ਹੈਗੀ, ਨਹੀਂ ਵੀ ਆ, ਕਿਉਂਕਿ ਮੇਨ ਗੱਲ ਇਹੀ ਹੁੰਦੀ ਆ ਵੀ ਪ੍ਰਜੈਂਟ ਕਰਨ ਵਾਲਾ ਬੰਦਾ ਕਿਹੋ ਜਿਹਾ, ਅਤੇ ਸਰਵਿਸ, ਰਿਸਪੈਕਟ, ਸਾਰਾ ਕੁਝ ਬਹੁਤ ਵਧੀਆ ਬੰਦੇ ਉਹ ਕਰਦੇ ਨੇ ਬਾਈ। ਐਡਵਾਂਸ ਹੀ ਆ ਸਾਰਾ ਕੁਛ ਇੱਥੇ, ਹੈ ਨਾ। ਅਤੇ ਇਹ ਮਸ਼ੀਨਾਂ ਵਗੈਰਾ ਵੀ ਇਹਨਾਂ ਦੀਆਂ ਆਪਦੇ ਔਸਤ ਨਹੀਂ ਹੁੰਦੀਆਂ ਕਿ? ਅੱਛਾ, ਅੱਛਾ, ਮਾਨਸਾ ਦੇ ਓਨਰ ਨੇ। ਅੱਛਾ, ਠੀਕ ਹੈ। ਅਤੇ ਆਹ ਕੰਸੈਪਟ ਇਹਨਾਂ ਨੇ ਦੱਸਿਆ ਸੀਗਾ ਇਹ ਵੀ ਆਪਾਂ ਐਸ ਲੋਡ ਕਰਨਾ ਨਾਲ? ਕੰਪਨੀ ਦੀ ਹੈ, ਜੀਓਵੀਪੀ ਹੈ ਨਾ ਜਿਹੜੀ, ਹਾਂਜੀ, ਬ੍ਰਿਟਿਸ਼ ਕੰਪਨੀ ਨਾਲ ਟਾਈ ਅਪ ਇਹਨਾਂ ਦਾ। ਓਕੇ, ਬਾਹਰਲੇ ਦੇਸ਼ ਵਾਲਾ ਸਿਸਟਮ ਕਰਿਆਗਾ, ਦੇਸ਼ ਵਾਲਾ ਸਿਸਟਮ ਇੱਥੇ। ਓਕੇ, ਸਹੀ ਗੱਲ ਹੈ, ਉਹਨਾਂ ਦੇ ਮਤਲਬ ਜਦੋਂ ਵੀ ਬੰਦਾ ਸਟੇ ਕਰਦਾ ਕੋਈ, ਹੈ ਨਾ, ਕੰਮ ਵਾਸਤੇ ਵੀ ਉੱਥੇ ਉਹਦੇ ਵਾਸਤੇ ਪ੍ਰਬੰਧ ਹੋਵੇ ਸਾਰਾ। ਹਾਂਜੀ, ਬਹੁਤ ਵਧੀਆ ਸਿਸਟਮ ਆ ਬਾਈ, ਸੋਹਣਾ ਲੱਗਿਆ। ਅਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੀ ਚੀਜ਼ ਤਿਆਰ ਹੋਊਗੀ, ਹੈ ਨਾ, ਉਹ ਦਿਖਾ ਦਾਂਗੇ ਬਿਲਕੁਲ ਫਰੈਸ਼ਲੀ ਬਰੀਵ ਕੌਫੀ, ਜਸਟ ਦੀ ਵੇ ਯੂ ਲਾਈਕ ਇਟ।
ਆ ਆਪਣਾ ਗੁਰਮੁਖ ਹੈ ਅਤੇ ਅਸੀਂ ਦੋਨੇ ਜਣੇ ਆਏ ਹੋਏ ਸੀਗੇ ਇੱਧਰ ਸਰਸੇ ਵਾਲੇ ਪਾਸੇ ਗਏ ਸੀਗੇ ਅੱਜ ਅਸੀਂ ਥੋੜ੍ਹਾ ਜਿਹਾ ਕੰਮ ਸੀਗਾ ਹਰਿਆਣੇ ਅਤੇ ਮੈਂ ਸੋਚਿਆ ਮੈਂ ਕਿਹਾ ਅੱਜ ਤੈਨੂੰ ਨਾ ਬਹੁਤ ਤਕੜੀ ਚੀਜ਼ ਦਿਖਾਊਂਗਾ ਮੈਨੂੰ ਕਹਿੰਦਾ ਬਾਈ ਖਵਾਏ ਪਿਆਏਗਾ ਦੱਸ ਕਦੋਂ ਮੈਂ ਕਿਹਾ ਤੈਨੂੰ ਖਵਾਵਾਂ ਪਿਆਏਗਾ ਵੀ ਇਹੋ ਜਿਹੀ ਚੀਜ਼ ਖਵਾਊਂਗਾ ਅਤੇ ਖੜਾਊਂਗਾ ਵੀ ਤੈਨੂੰ ਵੀ ਯਾਰ ਤੂੰ ਬਾਹਰ ਨਹੀਂ ਸੋਚਣਾ ਵੀ ਤੂੰ ਕਿੱਥੇ ਹੈ ਨਾ ਤੈਨੂੰ ਐਂ ਲੱਗੋ ਵੀ ਮੈਂ ਬਾਹਰ ਕਿੱਥੇ ਹੈਗਾ ਬਾਹਰਲੇ ਦੇਸ਼ ਵਾਲੀ ਕਿਸੇ ਜਗ੍ਹਾ 'ਤੇ ਹਾਂ ਐਡਵਾਂਸ ਹੈ ਹਰੇਕ ਚੀਜ਼ ਯਾਰ ਬਹੁਤ ਸੋਹਣਾ ਕੰਮ ਆ ਬਾਈ ਮੈਨੂੰ ਤਾਂ ਫੱਬ ਗਿਆ ਪੂਰਾ